ਅਸਲਾਮੁਅਲੈਕੁਮ ਦੋਸਤੋ, ਕੀ ਹਾਲ ਚਾਲ ਆ ਜੀ? ਠੀਕ ਠਾਕ ਹੋ? ਅਤੇ ਆਬਦ ਐਗਰੀਕਲਚਰ ਦੇ ਦੋਸਤਾਂ ਨੂੰ ਖੁਸ਼ ਆਮਦੀਦ ਕਹਿੰਦੇ ਹਾਂ। ਅਤੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਗੰਦਮ ਪਈ ਹੋਈ ਆ। ਇਸੇ ਤਰ੍ਹਾਂ ਹੀ ਆਹ ਪਿੱਛੇ ਵੀ ਤੁਸੀਂ ਦੇਖ ਸਕਦੇ ਹੋ ਕਿ ਤਕਰੀਬਨ ਜਿਹੜਾ ਵਾ ਉਹ ਮੰਡੀ ਪੂਰੀ ਗੰਦਮ ਨਾਲ ਭਰੀ ਪਈ ਆ। ਅਤੇ ਅੱਜ ਤੁਹਾਨੂੰ ਰੇਟ ਵੀ ਦਾ ਸ਼ੇਅਰ ਕਰਦੇ ਹਾਂ ਔਰ ਜਿਹੜੀ ਇਹਦੀ ਮਾਲੂਮਾਤ ਆ ਉਹ ਤੁਹਾਨੂੰ ਦੋਸਤਾਂ ਨੂੰ ਸ਼ੇਅਰ। ਪਹਿਲੇ ਤਾਂ ਗੰਦਮ ਜਿਹੜੀ ਆ ਉਹਨੇ ਐਜ਼ ਅਫਾ ਪਾਸਕੋ ਦਾ ਰੁੱਖ ਨਹੀਂ ਕੀਤਾ ਅਤੇ ਕਿਸਾਨਾਂ ਨੇ ਜਿਹੜਾ ਵਾ ਉਹ ਮੰਡੀਆਂ ਦਾ ਰੁੱਖ ਕਰ ਲਿਆ ਔਰ ਮੰਡੀ ਦੇ ਜਿਹੜਾ ਵਾ ਬੜੀ ਤਾਦਾਦ ਦੇ ਅੰਦਰ ਜਿਹੜੀ ਇਹਨਾਂ ਦੀ ਗੰਦਮ ਆ ਰਹੀ ਆ। ਅਤੇ ਅਗਰ ਤੁਹਾਨੂੰ ਇਹਦੇ ਰੇਟ ਸ਼ੇਅਰ ਦੇ ਹਵਾਲੇ ਨਾਲ ਅੱਜ ਅਪਡੇਟ ਦਿੰਦੇ ਹਾਂ ਅਤੇ ਬੜੀ ਸਾਫ਼ ਸੁਥਰੀ ਔਰ ਅੱਛੀ ਗੰਦਮ ਜਿਹੜੀ ਆ ਮੰਡੀਆਂ ਦੇ ਅੰਦਰ ਆ ਰਹੀ ਆ। ਰੇਟ ਜਿਹੜਾ ਵਾ ਉਹ ਜਿੰਨੀ ਅੱਛੀ ਗੰਦਮ ਆ ਉਨਾ ਹੀ ਰੇਟ ਇਹਦਾ ਡਾਊਨ ਆ। ਅਤੇ ਕਿਉਂਕਿ ਗੰਦਮ ਇਸ ਦਫ਼ਾ ਕਿਸਾਨਾਂ ਨੂੰ ਜਿਹੜਾ ਵਾ ਉਹ ਕਾਫ਼ੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਵਾ ਅਤੇ ਮੰਡੀਆਂ 'ਚ ਵਿਕਰੀ ਆ ਪਾਸਕੋ ਲੈ ਕੋਈ ਨਹੀਂ ਰਹੀ, ਬਾਹਰ ਦਾ ਨਾ ਮਿਲਿਆ ਕੋਈ ਨਹੀਂ, ਅਤੇ ਜਿਹਦੀ ਵਜ੍ਹਾ ਤੋਂ ਜਿਹੜਾ ਵਾ ਨਾ ਉਹ ਰੇਟ ਕੋਈ ਐਡਾ ਅੱਛਾ ਨਹੀਂ ਲੱਗ ਰਿਹਾ। ਅੱਜ ਜਿਹੜੀ ਗੰਦਮ ਆਈ ਆ ਜੀ ਮੰਡੀ ਦੇ ਵਿੱਚ ਇਹਦਾ ਜਿਹੜਾ ਬਹੁਤ ਅੱਛਾ ਜਿਹੜਾ ਰੇਟ ਆ ਨਾ ਜੀ ਉਹ ਲੱਗਿਆ ਵਾ 3,300 ਰੁਪਏ ਤੋਂ ਲੈ ਕੇ ਅਤੇ 3,500 ਰੁਪਏ ਤੱਕ। ਇਹ ਵੀ ਉਹ ਰੇਟ ਆ ਜਿਹੜਾ ਯਾਨੀ ਕਿ ਬਹੁਤ ਅੱਛੀ ਸਾਫ਼ ਸੁਥਰੀ ਆ। ਬਾਕੀ ਜਿਹੜੀ ਗਿੱਲੀ ਗੁੱਲੀ ਆ ਉਹ 3,000 ਤੋਂ ਥੱਲੇ ਵਿਕਦੀ ਪਈ, 2,800-2,900 ਤੱਕ ਇਹਦਾ ਜਿਹੜਾ ਵਾ ਨਾ ਜੀ ਉਹ ਰੇਟ ਚੱਲ ਰਿਹਾ। ਬਾਕੀ ਜਿਹੜਾ ਵਾ ਨਾ ਜੀ ਇਹਦੀ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਐਡੇ ਅੱਛੇ ਉੱਪਰ ਜਾਣ ਦੇ ਚਾਂਸਿਸ ਕੋਈ ਨਹੀਂ। ਕਿਸਾਨ ਇਸ ਦਫ਼ਾ ਜਿਹੜਾ ਵਾ ਨਾ ਜੀ ਉਹ ਕੋਈ ਕਿਸੇ ਕਿਸਮ ਦਾ ਰਿਸਕ ਨਾ ਲਵੇ ਅਤੇ ਬਾਕੀ ਜਿਹੜਾ ਵਾ ਰੋਜ਼ ਦਾ ਜਿਹੜਾ ਰੇਟ ਆ ਇਨਸ਼ਾਅੱਲਾ ਦੋਸਤਾਂ ਨੂੰ ਸ਼ੇਅਰ ਕਰਦੇ ਰਹਾਂਗੇ। ਆਪਣਾ ਬਹੁਤ ਸਾਰਾ ਖਿਆਲ ਰੱਖਣਾ ਲਾ।